ਕਰਫਿਊ ਦੇ ਦੌਰਾਨ ਵੀ ਨਸ਼ੇ ਦੇ ਸੌਦਾਗਰ ਆਪਣਾ ਕੰਮ ਕਰ ਰਹੇ ਨੇ। ਬੇਸ਼ੱਕ ਪੁਲਿਸ ਵੱਲੋਂ ਵੀ ਪੂਰੀ ਸਖ਼ਤੀ ਕੀਤੀ ਗਈ ਹੈ, ਫਿਰ ਵੀ ਅਲੱਗ ਅਲੱਗ ਤਰ੍ਹਾਂ ਦੇ ਹੱਥਕੰਡੇ ਅਪਣਾ ਕੇ ਨਸ਼ੇੜੀਆਂ ਦੁਆਰਾ ਨਸ਼ਾ ਸਪਲਾਈ ਦਾ ਕੰਮ ਜਾਰੀ ਹੈ। ਲੇਕਿਨ ਪੁਲਿਸ ਦੀ ਸਖ਼ਤੀ ਤੇ ਜਗ੍ਹਾ ਜਗ੍ਹਾ ਤੇ ਲੱਗੇ ਹੋਏ ਨਾਕਿਆਂ ਕਰਕੇ ਇਹ ਅਪਰਾਧੀ ਪੁਲਿਸ ਦੇ ਅੜਿੱਕੇ ਆ ਹੀ ਜਾਂਦੇ ਨੇ ਤੇ ਅਜਿਹੀ ਹੀ ਘਟਨਾ ਸੰਗਰੂਰ ਦੇ ਉਬਾਵਾਲ ਵਿੱਚ ਵਾਪਰੀ, ਜਿੱਥੇ ਸਪੈਸ਼ਲ ਟਾਸਕ ਫੋਰਸ ਨੇ 4 ਆਰੋਪੀਆਂ ਨੂੰ 300 ਗ੍ਰਾਮ ਹੈਰੋਇਨ ਦੇ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਸ ਪੂਰੀ ਘਟਨਾ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਹਨਾਂ 4 ਆਰੋਪੀਆਂ ਵਿੱਚੋਂ 2 ਮਹਿਲਾਵਾਂ ਵੀ ਹਨ, ਜਿਨ੍ਹਾਂ ਉੱਪਰ ਪਹਿਲਾਂ ਵੀ ਮਾਮਲੇ ਦਰਜ ਨੇ ਤੇ ਉਹ ਜ਼ਮਾਨਤ ਤੇ ਬਾਹਰ ਆਏ ਹੋਏ ਸਨ। ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਇਸ ਬਾਰੇ ਗੁਪਤ ਜਾਣਕਾਰੀ ਮਿਲੀ ਸੀ ਤੇ ਉਸ ਦੇ ਆਧਾਰ ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਉਬਾਵਾਲ ਤੋਂ ਉਹਨਾਂ ਨੂੰ ਪਕੜ ਲਿਆ ਅਤੇ 300 ਗ੍ਰਾਮ ਹੈਰੋਇਨ ਬਰਾਮਦ ਕੀਤੀ, ਜਿਸ ਦੀ ਅੰਤਰਰਾਸ਼ਟਰੀ ਕੀਮਤ 1.5 ਕਰੋੜ ਹੈ ਤੇ ਨਾਲ ਹੀ 5 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਇਸੇ ਤਰੀਕੇ ਨਾਲ ਇਹਨਾਂ ਨਸ਼ੇੜੀਆਂ ਨੇ ਇੱਕ ਚੇਨ ਬਣਾਈ ਸੀ ਤੇ ਕੰਮ ਕਰਦੇ ਸਨ। ਇਸ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੰਗਰੂਰ ਵਿੱਚ ਪਰਚੂਨ ਦੇ ਹਿਸਾਬ ਨਾਲ ਹੈਰੋਇਨ ਵੇਚਦੇ ਸਨ ਤੇ ਅੱਗੇ ਸਪਲਾਈ ਕਰਦੇ ਸਨ। ਸ਼ੱਕ ਜਤਾਇਆ ਜਾ ਰਿਹਾ ਕਿ ਗਰੋਹ ਕਾਫੀ ਵੱਡਾ ਹੋ ਸਕਦਾ ਹੈ ਤੇ ਇਸ ਦੀ ਤਹਿਕੀਕਾਤ ਕੀਤੀ ਜਾ ਰਹੀ ਹੈ ਤੇ ਇਸੇ ਨਾਲ ਹੀ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਤਫਤੀਸ਼ ਵੀ ਜਾਰੀ ਹੈ। STF ਦੀ ਟੀਮ ਸੰਗਰੂਰ ਯੂਨਿਟ ਨੂੰ ਸਾਨੂੰ ਉਸ ਵੇਲੇ ਸਮਗਲਰਾਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਕਿ ਕੱਲ੍ਹ ਪਿਆਰੋ ਅਤੇ ਟੋਨੀ ਇਹ ਖਲੀਲਪਤੀ ਦੇ ਰਹਿਣ ਵਾਲੇ ਸੀ ਸ਼ੇਰਪੁਰ ਦੇ, ਅਤੇ ਕਾਕਾ ਸਿੰਘ ਅਤੇ ਇਹਦੀ ਮਦਰ ਇਨ ਲਾ ਨਾਲ ਕ੍ਰਿਸ਼ਨਾ ਦੇਵੀ ਇਹ ਰੋਹਤਕ ਤੋਂ ਆ। ਕਾਕਾ ਸਿੰਘ ਆ ਜਿਹੜਾ ਸਮੁੰਦਗੜ੍ਹ ਛੰਨਾ ਤੋਂ ਆ, ਇਹ ਇੱਥੇ ਸਾਡੇ ਕੁਲਜੀਤ ਕੌਰ ਸਬ ਇੰਸਪੈਕਟਰ ਨੇ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਇਹ ਸਾਡੇ ਏਰੀਏ ਦੇ ਵਿੱਚ ਹੀਰੋਇਨ ਵੇਚਣ ਆਏ ਹੋਏ ਨੇ, ਅਤੇ ਜਿਨ੍ਹਾਂ ਨੂੰ ਅਸੀਂ ਟੀਮਾਂ ਬਣਾ ਕੇ ASI ਜਗਦੇਵ ਸਿੰਘ ਦੀ ਟੀਮ ਨੇ ਇਹਨਾਂ ਨੂੰ ਕਾਬੂ ਕੀਤਾ ਆਪਣੇ ਇੱਥੋਂ ਉਬਾਵਾਲ ਪੁਲਿਸ ਊਆ ਦੇ ਉੱਤੋਂ। ਕਾਬੂ ਕੀਤੇ ਦੌਰਾਨ ਇਹਨਾਂ ਕੋਲੋਂ ਸਾਨੂੰ 300 ਗ੍ਰਾਮ ਹੀਰੋਇਨ ਮਿਲੀ ਹੈ ਜਿਹਦੀ ਅੰਤਰਰਾਸ਼ਟਰੀ ਕੀਮਤ 1.5 ਕਰੋੜ ਰੁਪਈਆ ਆ, ਅਤੇ 5 ਲੱਖ ਰੁਪਈਆ ਇਹਨਾਂ ਕੋਲੋਂ ਡਰੱਗ ਮਣੀ ਹੈ ਜਿਹੜੀ ਮਤਲਬ ਕਿ ਉਹ ਅਸੀਂ ਰਿਕਵਰ ਕੀਤੀ ਹੈ। ਇਹਨਾਂ ਦਾ ਜਿਹੜਾ ਕ੍ਰਿਮੀਨਲ ਬੈਕਗਰਾਊਂਡ ਆ, ਇਹ ਪਿਆਰੋ ਅਤੇ ਜਿਹੜੀ ਖਲੀਲਪੱਤੀ ਦੀ ਰਹਿਣ ਵਾਲੀ ਹੈ ਸ਼ੇਰਪੁਰ ਦੀ, ਇਹਦੇ 'ਤੇ 13 ਪਰਚੇ ਦਰਜ ਨੇ, ਅਤੇ ਨਾਲ ਜਿਹੜਾ ਇਹਦੇ ਟੋਨੀ ਨਾਂ ਦਾ ਲੜਕਾ ਆ ਇਹਦੇ 'ਤੇ 3 ਪਰਚੇ ਦਰਜ ਨੇ, ਅਤੇ ਕਾਕਾ ਸਿੰਘ ਆ ਜਿਹੜਾ ਸਮੁੰਦਗੜ੍ਹ ਛੰਨਾ ਦਾ ਰਹਿਣ ਵਾਲਾ ਇਹਦੇ 'ਤੇ 8 ਪਰਚੇ ਦਰਜ ਨੇ NDPS ਐਕਟ ਦੇ ਐਕਸਾਈਜ਼ ਦੇ। ਸਰ ਇਹ ਕੀ ਫਰਾਰ ਸੀ ਜਾਂ ਜ਼ਮਾਨਤ ਦੇ ਬਾਹਰ ਆਏ ਹੋਏ ਨੇ? ਇਹ ਨਹੀਂ, ਇਹ ਜ਼ਮਾਨਤ 'ਤੇ ਬਾਹਰ ਆਏ ਹੋਏ ਨੇ, ਫਰਾਰ ਨਹੀਂ ਸੀਗੇ। ਅਤੇ ਜਿਹੜੀ ਪਿਆਰ ਕੌਰ ਆ ਇਹ ਆਪਣੇ ਸ਼ੇਰਪੁਰ ਥਾਣੇ ਦੀ BC ਵੀ ਹੈ, ਅਤੇ 110 ਦਾ ਕਲੰਦਰਾ ਵੀ ਇਹਦੇ ਖਿਲਾਫ ਮਤਲਬ ਕਿ ਸ਼ੇਰਪੁਰ ਥਾਣੇ ਦੇ ਵਿੱਚ ਦਿੱਤਾ ਹੋਇਆ। ਜਿਹੜੇ ਹੈਰੋਇਨ ਸੀ ਇਹਨਾਂ ਨੇ ਵੇਚਣੀ ਕਿੱਥੇ ਸੀ, ਇਹ ਕਿੱਦਾਂ ਪਰਚੂਨ 'ਚ ਵੇਚਣੇ ਸੀ ਜਾਂ ਕਿੱਦਾਂ? ਇਹ ਪਰਚੂਨ 'ਚ ਹੀ ਵੇਚ ਰਹੇ ਸੀਗੇ ਜੀ, ਇੱਥੇ ਆਪਣੇ ਗਾਹਕਾਂ ਨੂੰ, ਇਹਨਾਂ ਦੇ ਗਾਹਕ ਨੇ ਮਤਲਬ ਕਿ ਉਹਨਾਂ ਨੂੰ ਵੇਚਣ ਆਏ ਹੋਏ ਸੀਗੇ ਸਾਡੇ ਏਰੀਏ ਦੇ ਵਿੱਚ। ਪਰ ਸਾਡੀ ਪੁਲਿਸ ਪਾਰਟੀ ਜਿਹੜੀ ਸਤਰਕ ਸੀਗੀ ਕਰਫਿਊ ਦੇ ਦੌਰਾਨ ਵੀ, ਅਤੇ ਮਤਲਬ ਕਿ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਜੀ। ਇਹ ਲੈ ਕੇ ਕਿੱਥੋਂ ਆਏ ਨੇ, ਕੁਛ ਲੱਗਿਆ ਪਤਾ? ਲੈ ਕੇ ਜੀ ਅਸੀਂ FIR ਦਰਜ ਕੀਤੀ ਹੈ, ਅੱਜ ਇਹਨਾਂ ਨੂੰ ਪੇਸ਼ ਕਰਾਂਗੇ ਪੁਲਿਸ ਰਿਮਾਂਡ ਲੈ ਕੇ, ਉਹ ਫਰਦਰ ਇਨਵੈਸਟੀਗੇਸ਼ਨ 'ਚ ਜੋ ਸਾਹਮਣੇ ਆਊਗਾ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ। ਜਿੱਦਾਂ ਪੰਜਾਬ ਦੇ ਵਿੱਚ ਕਰਫਿਊ ਲੱਗਿਆ ਹੋਇਆ ਜੀ, ਥਾਂ ਥਾਂ 'ਤੇ ਨਾਕੇ ਨੇ, ਫਿਰ ਵੀ ਨਾਕਿਆਂ ਦੇ ਦੌਰਾਨ ਵੀ ਇਹ ਇੱਥੇ ਤੱਕ ਪਹੁੰਚ ਗਏ ਵੇਚਣ ਦੇ ਵਾਸਤੇ? ਇਹ ਨੇੜੇ ਹੀ ਹੈ ਜੀ ਸ਼ੇਰਪੁਰ, ਇਹ ਆਏ ਨੇ, ਅਤੇ ਮਤਲਬ ਕਿ ਅਸੀਂ ਅਰੈਸਟ ਵੀ ਕੀਤੇ ਨੇ ਜੀ ਕਰਫਿਊ ਦੌਰਾਨ, ਪੁਲਿਸ ਦੀ ਵੀ ਚੌਕਸੀ ਹੈਗੀ ਹੈ ਜੀ, ਅਰੈਸਟ ਵੀ ਕੀਤੇ ਨੇ ਅਸੀਂ। ਪੈਸੇ ਨਾਲ ਹੀ ਸੀ ਇਹਨਾਂ ਕੋਲ ਜੀ? ਹਾਂਜੀ, ਪੈਸੇ ਨਾਲ ਹੀ ਸੀਗੇ, ਪੈਸੇ ਇਹਨਾਂ ਕੋਲੋਂ ਹੀ ਰਿਕਵਰ ਹੋਏ ਨੇ, ਮੌਕੇ ਤੋਂ ਹੀ ਰਿਕਵਰ ਹੋਏ ਨੇ, ਪਲੱਸ ਹੀਰੋਇਨ ਵੀ ਮੌਕੇ ਤੋਂ ਹੀ ਰਿਕਵਰ ਕੀਤੀ ਅਸੀਂ। ਪੂਰਾ ਗਏ ਹੋਰ ਵੀ ਬੰਦੇ
ਇਹਨਾਂ ਦਾ ਜੀ ਫਿਰ ਅਸੀਂ ਉਹੀ ਤੁਹਾਨੂੰ ਗੱਲ ਕਰ ਰਹੇ ਹਾਂ ਜੀ, ਅਤੇ ਅੱਜ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਅਸੀਂ ਫਰਦਰ ਇਨਵੈਸਟੀਗੇਸ਼ਨ ਆ ਜਿਹੜੀ ਡੂੰਘਾਈ ਨਾਲ ਕਰਾਂਗੇ, ਤੁਹਾਡੇ ਨਾਲ ਸਾਰੀ ਫਿਰ ਇਨਫੋਰਮੇਸ਼ਨ ਆ ਜਿਹੜੀ ਫਰਦਰ ਉਹ ਅਸੀਂ ਸ਼ੇਅਰ ਵੀ ਕਰਾਂਗੇ। ਜਿਹਨਾਂ ਨੇ ਵੇਚਣੀ ਸੀ ਉਹ ਪੀਣ ਵਾਲੇ ਸੀ ਜਾਂ ਉਹ ਵੀ ਅੱਗੇ ਸਪਲਾਇਰ ਸੀਗੇ, ਉਹਨਾਂ ਨੇ ਅੱਗੇ ਕਿਤੇ ਵੇਚਣ? ਇਹ ਵੀ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ, ਅੱਜ ਅਸੀਂ ਫਿਲਹਾਲ ਪਰਚਾ ਹੀ ਦਰਜ ਕੀਤਾ ਅਤੇ ਅਸੀਂ ਇਹਨਾਂ ਨੂੰ ਅਰੈਸਟ ਕਰਕੇ ਅਰੈਸਟ ਕੀਤਾ ਅਤੇ ਇਹਨਾਂ ਦਾ ਰਿਮਾਂਡ ਲੈ ਕੇ ਫਿਰ ਤੁਹਾਨੂੰ ਸਾਰੀ ਗੱਲ ਆ ਜਿਹੜੀ ਦੱਸਾਂਗੇ ਅੱਗੇ। ਉੱਥੇ ਹੀ ਆਰੋਪੀ ਨੇ ਆਪਣੀ ਸਫਾਈ ਪੇਸ਼ ਕਰਦਿਆਂ ਕਿਹਾ ਕਿ ਉਹ ਪਹਿਲੀ ਵਾਰ ਹੀ ਇਹ ਨਸ਼ਾ ਦਿੱਲੀ ਤੋਂ ਲੈ ਕੇ ਆਇਆ ਸੀ ਅਤੇ ਨਾਲ ਹੀ ਪੁਲਿਸ ਦੀ ਸਖ਼ਤੀ 'ਤੇ ਸਵਾਲ ਖੜ੍ਹੇ ਕਰਦਿਆਂ ਉਸ ਨੇ ਕਿਹਾ ਕਿ ਰਸਤੇ ਵਿੱਚ ਉਹਨਾਂ ਨੂੰ ਕਿਸੇ ਨੇ ਵੀ ਨਹੀਂ ਰੋਕਿਆ ਅਤੇ ਪਹੁੰਚਣ 'ਤੇ ਹੀ ਉਹਨਾਂ ਨੂੰ ਫੜਿਆ ਗਿਆ। ਮੈਂ ਦਿੱਲੀ ਤੋਂ ਲੈ ਕੇ ਆਇਆ ਜੀ ਅਤੇ ਆਪਣੇ ਸਿਰ ਪਰ ਮੇਰੀ ਮਾਸੀ ਦੀ ਕੁੜੀ ਪਿਆਰ ਉਹਨੂੰ ਦੇਣੀ ਸੀ। ਕਦੋਂ ਲੈ ਕੇ ਆਇਆ ਸੀ ਦਿੱਲੀ ਤੋਂ? ਮੈਂ ਆਪਣੇ ਪਰਸੋਂ ਲੈ ਕੇ ਆਇਆ ਜੀ। ਅਤੇ ਜਿੱਦਾਂ ਕਰਫਿਊ ਲੱਗਿਆ ਹੋਇਆ, ਨਾਕੇ ਲੱਗੇ ਹੋਏ ਨੇ, ਕਿਤੇ ਰੋਕਿਆ ਨਹੀਂ ਕਿਤੇ, ਕੋਈ ਪੁੱਛ ਗਿਆ ਤੁਹਾਨੂੰ ਕਿੱਦਾਂ ਲੈ ਕੇ ਕਿਤੇ ਆਇਆ? ਨਾ ਜੀ, ਮੈਨੂੰ ਕਿਸੇ ਨੇ ਨਹੀਂ ਰੋਕਿਆ। ਅੱਛਾ, ਹਾਂ। ਕਿੰਨੇ ਦੀ ਲੈ ਕੇ ਆਇਆ ਸੀ? ਮੈਂ 3.5 ਲੱਖ ਦੀ ਲਿਆਇਆ ਜੀ। ਅੱਛਾ, ਅੱਗੇ ਜਿਹੜੀ ਤੇਰੀ ਭੈਣ ਹੈ ਉਹਨੇ ਕਿੱਥੇ ਅੱਗੇ ਵੇਚਣੀ ਸੀ? ਅੱਗੇ ਕਿੱਦਾਂ ਪਰਚੂਨ 'ਚ ਵੇਚਦੇ ਸੀ ਜਾਂ ਅੱਗੇ ਕੋਈ ਡੀਲਰ ਰੱਖੇ ਹੋਏ ਸੀ, ਕਿੱਦਾਂ ਵੇਚਦੇ ਸੀ? ਉਹ ਅੱਗੇ ਪਰਚੂਨ 'ਚ ਵੇਚਦੇ ਸੀ। ਅੱਛਾ, ਹਾਂ। ਕੀ ਰੇਟ ਵੇਚਦੇ ਸੀ? ਆਪਣੇ 1600-1700 ਨੂੰ ਵੇਚਦੇ ਸੀ। ਕਿੰਨੇ ਟਾਈਮ ਤੋਂ ਇਹ ਕੰਮ ਕਰਦੇ ਆ ਰਹੇ ਹੋ? ਮੈਂ ਤਾਂ ਪਹਿਲੀ ਵਾਰ ਹੀ ਗਿਆ ਸੀ। ਉਹ ਵੀ ਮਜਬੂਰੀ 'ਚ ਗਿਆ ਸੀ, ਮੇਰੇ ਘਰ ਵਾਲੀ ਦੇ ਬੱਚਾ ਹੋਣ ਵਾਲਾ ਜੀ, ਬਸ ਪਹਿਲੀ ਵਾਰ ਪਤਾ ਗਿਆ ਜੀ। ਕਰਫਿਊ ਦੇ ਚੱਲਦਿਆਂ ਜਿੱਥੇ ਸਭ ਤਰ੍ਹਾਂ ਦੇ ਕਾਰੋਬਾਰ ਬੰਦ ਹੈ, ਲੋਕ ਘਰਾਂ ਵਿੱਚ ਬੈਠੇ ਨੇ, ਪਰ ਨਸ਼ੇ ਦੀ ਤਸਕਰੀ ਫਿਰ ਵੀ ਨਹੀਂ ਘਟ ਰਹੀ। ਅਪਰਾਧੀ ਬੇਖੌਫ ਹੋ ਕੇ ਸੜਕਾਂ 'ਤੇ ਨਿਕਲਦੇ ਨੇ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦੁਆਰਾ ਵੀ ਚੌਕਸੀ ਵਰਤਦਿਆਂ ਇਹਨਾਂ ਨੂੰ ਕਾਬੂ ਕਰ ਹੀ ਲਿਆ ਜਾਂਦਾ ਹੈ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।